ਗੁਰੂ ਗੋਬਿੰਦ ਸਿੰਘ ਕਾਲਜ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਜੋ ਕਿ ਗਿੱਦੜਵਾ ਵਿਖੇ ਸਥਿਤ ਹੈ, ਇਹ ਕਾਲਜ ਆਪਣੇ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸੇਵਾਵਾਂ ਨਿਭਾ ਰਿਹਾ ਹੈ। ਇੱਥੋਂ ਦਾ ਸਟਾਫ ਹਮੇਸ਼ਾ ਹੀ ਬੱਚਿਆਂ ਨੂੰ ਸਿੱਖਿਆ ਦੇਣ ਲਈ ਤਿਆਰ ਰਹਿੰਦਾ ਹੈ। ਸੰਸਥਾ ਵਿਖੇ ਅੱਜ ਦੇ ਟਾਈਮ ਦੀ ਹਰ ਤਰੀਕੇ ਦੀ ਮਾਡਰਨ ਫੈਸਿਲਿਟੀ ਉਪਲਬਧ ਹੈ। ਬੀਤੇ ਦਿਨ ਸਾਡੀ ਪੰਜਾਬ ਪਲੱਸ ਦੀ ਟੀਮ ਨੇ ਸੰਸਥਾ ਦਾ ਵਿਸ਼ੇਸ਼ ਦੌਰਾ ਕੀਤਾ। ਪੇਸ਼ ਹੈ ਪੰਜਾਬ ਪਲੱਸ ਦੀ ਟੀਮ ਵੱਲੋਂ ਇੱਕ ਰਿਪੋਰਟ। ਸਨਮਾਨਯੋਗ ਪੰਜਾਬ ਦੀ ਸ਼ਾਨ ਆਨ ਪ੍ਰਕਾਸ਼ ਸਿੰਘ ਬਾਦਲ ਜੀ, ਸਾਬਕਾ ਮੁੱਖ ਮੰਤਰੀ ਪੰਜਾਬ, ਇੱਕ ਐਸਾ ਇਨਸਾਨ ਜਿਸ ਨੇ ਇਹ ਸੁਪਨਾ ਲਿਆ ਸੀਗਾ ਕਿ ਮੈਂ ਇਸ ਪੇਂਡੂ ਏਰੀਏ ਦੇ ਵਿੱਚ ਐਸੇ ਕੋਰਸ ਲਿਆਵਾਂ ਜਿਨ੍ਹਾਂ ਦੇ ਲਈ ਲੋਕਾਂ ਨੂੰ ਚੰਡੀਗੜ੍ਹ, ਜਲੰਧਰ, ਲੁਧਿਆਣਾ ਜਾਂ ਗੰਗਾਨਗਰ ਜਾਂ ਕਿਤੇ ਬਾਹਰ ਦੂਰ ਦੂਰ ਜਾਣਾ ਪੈਂਦਾ। ਉਸ ਕੰਸੈਪਟ ਨੂੰ ਲੈ ਕੇ ਉਹਨਾਂ ਨੇ ਇਹ ਕਾਲਜ ਸ਼ੁਰੂ ਕੀਤਾ ਸੀਗਾ ਜਿਹੜਾ ਕਿ ਅੱਜ ਬੁਲੰਦੀਆਂ ਨੂੰ ਛੂਹ ਰਿਹਾ ਹੈ। ਔਰ ਹਰ ਤਰ੍ਹਾਂ ਦੇ ਜਿਹੜੇ ਕੋਰਸਿਸ ਹੈਗੇ ਆ ਕਾਲਜ 'ਚ ਅਵੇਲੇਬਲ ਨੇ, ਤੁਸੀਂ ਅੱਜ ਪ੍ਰਿੰਸੀਪਲ ਸੇਵਾ ਕਰ ਰਹੇ ਹੋ, ਕੀ ਕਹਿਣਾ ਚਾਹੋ? ਯੈਸ ਸਰ, ਬੇਸਿਕਲੀ ਇਸ ਕਾਲਜ ਨੂੰ ਸਟਾਰਟ ਕੀਤਾ ਸੀ ਜੀ ਅਸੀਂ 2009 ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਐਕਸ ਚੀਫ ਮਿਨਿਸਟਰ ਆਫ ਪੰਜਾਬ, ਉਹਨਾਂ ਦੀ ਸੋਚ ਬਹੁਤ ਬਹੁਤ ਵਾਈਡ ਸੋਚ ਲੈ ਕੇ ਅੱਗੇ ਚੱਲ ਰਹੇ ਸੀ। ਔਰ ਉਨ੍ਹਾਂ ਇਹ ਵਿਚਾਰ ਥਾ ਕਿ ਹਮਾਰੇ ਇਲਾਕੇ ਕੀ ਲੜਕੀਆਂ ਬੋਇਜ਼ ਤੋਂ ਤਬ ਵੀ ਪੇਰੈਂਟਸ ਜੋ ਹੈ ਨਾ ਉਨਕੋ ਚੰਡੀਗੜ੍ਹ ਭੇਜ ਸਕਤੇ ਹੈ, ਬੜੇ ਸ਼ਹਿਰੋਂ ਮੇਂ ਦਿੱਲੀ ਭੇਜ ਸਕਤੇ ਹੈ, ਲੇਕਿਨ ਲੜਕੀਓ ਕੇ ਲੀਏ ਉਨਕੀ ਸੋਚ ਇਹ ਥੀ ਕਿ ਜੀ 12ਵੀਂ ਪਾਸ ਹੋ ਗਏ ਉਸਕੇ ਬਾਅਦ ਜੀ ਇਨਕਾ ਵਿਆਹ ਕਰ ਦੋ ਜਾਂ ਕੋਈ ਛੋਟਾ ਮੋਟਾ ਬੀ ਏ ਵਗੈਰਾ ਕਾ ਕੋਰਸ ਕਰਵਾ ਦੋ। ਤੋ ਬਾਦਲ ਸਾਹਿਬ ਕਾ ਇਹ ਸ਼ੁਰੂ ਸੇ ਇਹ ਸੋਚ ਰਹੀ ਕਿ ਨਹੀਂ, ਹਮਾਰਾ ਦੇਸ਼ ਤਰੱਕੀ ਤਬੀ ਕਰ ਸਕਤਾ ਹੈ ਜਬ ਇਸ ਦੇਸ਼ ਕੀ ਨਾਰੀ ਔਰ ਇਹ ਜੋ ਹੈ ਨਾ ਲੜਕੀਆਂ ਪੜ੍ਹੇਗੀ ਔਰ ਆਪਣੇ ਜੋ ਹੈ ਨਾ ਪਰਿਵਾਰ ਕੋ ਆਗੇ ਬੜਾਏਗੀ। ਤੋ ਇਹ ਸੋਚਤੇ ਹੋਏ ਇਸ ਇਲਾਕੇ ਮੈਂ ਜਹਾਂ ਪੇ ਨੋਰਮਲੀ ਟ੍ਰੈਡੀਸ਼ਨਲ ਕਾਲਜ ਵੀ ਬਹੁਤ ਕਮ ਹੈ, ਯਹਾਂ ਪੇ ਇਨ੍ਹੋਂਨੇ ਬੀ ਬੀ ਏ, ਬੀ ਸੀ ਏ, ਬੀ ਐੱਸ ਸੀ ਆਈ ਟੀ, ਐੱਮ ਐੱਸ ਸੀ ਆਈ ਟੀ, ਪੀ ਜੀ ਡੀ ਸੀ ਏ ਔਰ ਐੱਮ ਬੀ ਏ ਜੈਸੇ ਪ੍ਰੋਗਰਾਮ ਯਹਾਂ ਪੇ ਸ਼ੁਰੂ ਕਰਵਾਏ। ਔਰ ਇਸਕੇ ਸਾਥ ਸਾਥ ਕਿਉਂਕਿ ਇਸ ਇਲਾਕੇ ਕੀ ਜ਼ਰੂਰਤੋਂ ਕੋ ਧਿਆਨ ਮੇਂ ਰੱਖਤੇ ਹੋਏ ਫੀਸ ਬੜੀ ਨੋਮੀਨਲ, ਲਾਈਕ ਵਾਈਜ਼ ਐੱਸ ਸੀ ਸਟੂਡੈਂਟਸ ਜੋ ਯੂਨੀਵਰਸਿਟੀ ਨੋਰਮਲੀ 3150 ਰੁਪਏ ਸਾਲ ਕੇ ਉਹ ਲੇਤੇ ਹੈ, ਇਸਕੇ ਇਲਾਵਾ ਪੂਰੀ ਸਿਕਸ਼ਾ ਦੇ ਰਹੇ ਹੈ। ਜੋ ਓ ਬੀ ਸੀ ਸਟੂਡੈਂਟ ਹੈ ਉਨਕੋ 50% ਸਕਾਲਰਸ਼ਿਪ ਦੇ ਰਹੇ, ਔਰ ਜੋ ਜਨਰਲ ਕੈਟੇਗਰੀ ਦਾ ਬੱਚਾ ਜਿਸਕੋ ਸਕਾਲਰਸ਼ਿਪ ਨਹੀਂ ਮਿਲ ਰਹੀ ਉਸਕੋ ਵੀ ਉਹਨਾਂ ਨੇ ਕਿਹਾ ਕਿ ਜੀ ਲੜਕੀਆਂ ਨੂੰ ਅਸੀਂ ਸਕਾਲਰਸ਼ਿਪ ਦੇਵਾਂਗੇ, ਅਗਰ ਕਿਸੇ ਸਟੂਡੈਂਟ ਕੇ 80% ਮਾਰਕਸ ਹੈ ਤਾਂ ਉਸਸੇ ਕੋਈ ਫੀਸ ਨਹੀਂ ਲੀ ਜਾਂਦੀ, ਅਗਰ 70% ਹੈ ਤਾਂ ਥੋੜ੍ਹੀ ਸੀ ਜ਼ਿਆਦਾ ਫੀਸ ਲੈ ਕੇ, ਯਾਨੀ ਕਿ ਕਨਸੈਸ਼ਨ ਪੇ ਦੇ ਕੇ ਹੈ। ਔਰ ਇਸ ਵਾਰ ਬਾਦਲ ਸਾਹਿਬ ਨੇ ਸਪੈਸ਼ਲੀ ਬੋਲਾ ਕਿ ਜੀ ਸਾਰੀ ਜੋ ਗਰਲਸ ਐਜੂਕੇਸ਼ਨਸ ਹੈ ਜੋ ਜਨਰਲ ਕੈਟੇਗਰੀ ਕੇ ਬੱਚੇ ਹੈ ਉਨਸੇ ਵੀ 50% ਫੀਸ ਹੀ ਲੀ ਜਾਏ, 50% ਸਾਰੇ ਬੱਚੋਂ ਕਾ ਮਾਫ਼ ਕਰ ਦੀਆ, ਕਿਉਂਕਿ ਵੈਲਫੇਅਰ ਮੇਨ ਬਾਤ ਹੈ ਕਿ ਡਿਵਲਪਮੈਂਟ ਪੂਰਾ ਵਿਕਾਸ, ਔਰ ਵਿਕਾਸ ਤਬੀ ਹੋ ਸਕਤਾ ਹੈ ਜਬ ਯਹਾਂ ਕੀ ਨਾਰੀ ਪੜ੍ਹੀ ਹੋਗੀ, ਪੜ੍ਹੀ ਲਿਖੀ ਹੋਗੀ। ਇਸ ਸੋਚ ਕੇ ਸਾਥ ਬਾਦਲ ਸਾਹਿਬ ਚਲਾ ਰਹੇ ਹੈ। ਔਰ ਇਸਕੇ ਲੀਏ ਇਲਾਕੇ ਮੈਂ ਜੋ ਅੱਛੀ ਫੈਕਲਟੀ ਜਿਸ ਏਰੀਆ ਸੇ ਮਿਲਤੀ ਹੈ ਅਗਰ ਜੋ ਮੋਰ ਦੈਨ ਜੋ ਹੈ ਨਾ ਨੋਰਮ ਸੈਲਰੀ ਅਗਰ ਹੈ ਤਬ ਵੀ ਜੋ ਹੈ ਨਾ ਬੰਦੇ ਕੋ ਲੈ ਕੇ ਆਓ, ਚੰਗੇ ਬੰਦਿਆਂ ਨੂੰ ਤੁਸੀਂ ਅਪੁਆਇੰਟ ਕਰੋ, ਉਹਦੇ ਕੋਈ ਗੱਲ ਨਹੀਂ ਜੀ ਅਸੀਂ ਪੈਸੇ ਖਰਚ ਕਰਾਂਗੇ। ਇਸ ਸੋਚ ਕੇ ਸਾਥ ਚਲਾ ਰਹੇ ਹੈ ਔਰ ਯਹੀ ਵਜ੍ਹਾ ਹੈ ਕਿ ਹਮਾਰੇ ਕਾਲਜ ਕੇ ਜੋ ਸਟੂਡੈਂਟਸ ਹੈ ਯੂਨੀਵਰਸਿਟੀ ਲੈਵਲ ਪਰ ਆਪਣੀ ਪਰਫਾਰਮੈਂਸ ਅੱਛੀ ਦਿਖਾ ਚੁੱਕੇ ਹੈ, ਯੂਨੀਵਰਸਿਟੀ ਮੈਂ ਪੋਜੀਸ਼ਨ ਹੋਲਡਰਸ ਹੈ, ਕੋ ਕਰੀਕੁਲਰ ਐਕਟੀਵਿਟੀਜ਼ ਮੈਂ ਅੱਛੇ ਪਾਰਟੀਸਪੇਟ ਕਰ ਰਹੇ ਹੈ ਐਂਡ ਐਵਰੀਥਿੰਗ ਇਜ਼ ਗੋਇੰਗ ਵੈਰੀ ਸਮੂਥ। ਔਰ ਪ੍ਰਿੰਸੀਪਲ ਕੋ ਪੂਰੀ ਲਿਬਰਟੀ ਦੇ ਰੱਖੀ ਹੈ ਕਿ ਕਾਲਜ ਕੇ ਡਿਵਲਪਮੈਂਟ ਕੇ ਲੀਏ ਕੋਈ ਜ਼ਰੂਰਤ ਹੋ ਹਮਸੇ ਪੂਛਨੇ ਕੀ ਵੀ ਜ਼ਰੂਰਤ ਨਹੀਂ ਹੈ, ਬਸ ਇਨਫੋਰਮ ਕਰ ਦੇਣਾ। ਵੀ ਵਿਲ ਆਨੇ ਵਾਲੇ ਸਮੇਂ ਮੈਂ ਹਮ ਇਸ ਸਾਥ ਸਾਥ ਜੈਸੇ ਲੜਕੀਓ ਕੋ ਆਪਨੇ ਬਤਾਇਆ ਕਿ ਰੋਜ਼ਗਾਰ ਮੂਲਭੁਤ ਸਿਕਸ਼ਾ ਦੇਣੀ ਹੈ, ਤੋ ਹਮਨੇ ਯਹਾਂ ਪੇ ਜੋ ਹੈ 6 ਮਹੀਨੇ ਕੇ ਲੀਏ ਹਰੇਕ ਬੱਚੇ ਕੋ ਟ੍ਰੇਨਿੰਗ ਕੰਪਲਸਰੀ ਕਰ ਰੱਖੀ ਹੈ ਕਿ ਜੀ ਆਪਕੋ ਜਾਣਾ ਪੜੇਗਾ। ਹਮਨੇ ਇੱਕ ਪੈਨਲ ਬਣਾਇਆ ਹੋਇਆ ਹੈ ਕਿ ਜੈਸੇ ਜੋ ਬੱਚੇ ਫਾਈਨਾਂਸ ਮੇਂ ਆਪਣਾ ਸਪੈਸ਼ਲਾਈਜੇਸ਼ਨ ਚਾਹਤੇ ਹੈ ਤੋ ਚਾਰਟਰਡ ਅਕਾਊਂਟੈਂਟ ਕੇ ਪਾਸ ਜਾ ਕੇ ਐਕਚੁਅਲ ਮੇਂ ਕਿਆ ਚੱਲ ਰਿਹਾ ਹੈ, ਜੋ ਹਮ ਪੜ੍ਹ ਰਹੇ ਹੈ ਉਸੇ ਸੀ ਏ ਕੈਸੇ ਅਪਲਾਈ ਕੈਸੇ ਕਰਤਾ ਹੈ, ਮਾਰਕੀਟਿੰਗ ਮੈਂ ਜੋ ਕੰਪਨੀਜ਼ ਹੈ ਮਾਰਕੀਟਿੰਗ ਕੀ ਪੋਲਿਸੀ ਕਿਆ ਹੈ, ਕੰਪਿਊਟਰ ਆਈ ਟੀ ਤੋ ਸੋਫਟਵੇਅਰ ਕੈਸੇ ਬਣਾਤੇ ਹੈ, ਯੇ ਚੀਜ਼ ਹਮ ਬੱਚੋਂ ਕੋ ਯਹੀਂ ਸਿਖਾ ਦੇਤੇ ਹੈ। ਉਸਕੇ ਬਾਅਦ ਜੋ ਲੜਕੀਆਂ ਅਗਰ ਮੰਨ ਲੀਜੀਏ ਬਾਹਰ ਜਾ ਰਹੀ ਹੈ ਤੁਮਕੋ ਸ਼ਾਦੀ ਕੇ ਬਾਅਦ ਸ਼ਾਦੀ ਸੇ ਪਹਿਲੇ ਨੌਕਰੀ ਢੂੰਢਣੇ ਮੇਂ ਕੋਈ ਦਿੱਕਤ ਨਾ ਆਏ, ਲੋਕ ਉਨਕੇ ਪਾਸ ਆ ਜਾਏ ਕਿ ਬੇਟੀ ਯਹਾਂ ਜਗ੍ਹਾ ਖਾਲੀ ਪੜੀ ਔਰ ਹਮਾਰੇ ਯਹਾਂ ਜੁਆਇਨ ਕਰਨਾ ਚਾਹਤੇ ਹੋ ਤੋ ਆਪਕਾ ਸਵਾਗਤ ਹੈ। ਹਮਾਰੀ ਯੇ ਸੋਚ ਹੈ ਅਗਲੇ 5-6 ਸਾਲ ਮੇਂ ਇਸ ਲੇਵਲ ਪਰ ਇਸ ਕਾਲਜ ਕੋ ਲੈਕੇ ਆਉਣਾ ਕਿ ਮਤਲਬ ਕੰਪਨੀ ਵਾਲੇ ਆਪਣੇ ਬੜੇ ਅੱਛਾ ਉਸ ਕਾਲਜ ਕੀ ਸਟੂਡੈਂਟ ਹੈ ਬੇਟੇ ਜੁਆਇਨ ਕਰ ਲੈਣਾ, ਬਿਲਕੁਲ ਆਪ ਇੱਕ ਸਬਲਾ ਹੈ ਉਸਕੇ ਲੀਏ ਪੂਰਾ ਸਿਕਸ਼ਾ ਪਲੱਸ ਉਨਕੇ ਲੀਏ ਅਵੇਅਰਨੈਸ ਪ੍ਰੋਗਰਾਮ ਕਿ ਦੀਜ਼ ਆਰ ਦਾ ਰੂਲਸ, ਦੀਜ਼ ਆਰ ਦਾ ਰਾਈਟਸ ਵਿਚ ਆਰ ਅਵੇਲੇਬਲ ਟੂ ਅਸ
विच आर प्रोवाइडेड बाई द पंजाब गवर्नमेंट, इंडियन गवर्नमेंट, सेंट्रल गवर्नमेंट, तो पूरे तरीके से उनको अवेयर करना कि चाहे वो जो है ना भ्रूण हत्या से रिलेटेड आपके राइट्स हैं, चाहे वो ईव टीजिंग से रिलेटेड आपके राइट्स हैं, चाहे वो सेक्सुअल हेरेसमेंट से रिलेटेड आपके राइट्स हैं, और इसके लिए टाइम टू टाइम NSS के कैंप, NCC के कैंप, प्लस ये आपके पास जो गुरु गोविंद सिंह स्टडी सर्कल, ये लोग आके जो नैतिक शिक्षा बच्चों का, करेक्टर बिल्डिंग, हम पूरा इस बारे में पूरा ध्यान रखते हैं और पूरा बच्चों को पूरी कोशिश करते हैं कि किसी भी तरीके की, इसके अलावा जो अगर किसी स्टूडेंट को कहीं पर भी कोई दिक्कत है तो हमारे पास एक जो है ना हमने सेक्सुअल हेरेसमेंट कमेटी बनाई हुई है, स्टूडेंट्स के नंबर यहाँ पर लिए हुए हैं, टीचर्स के नंबर हैं, वो कभी भी कॉन्टैक्ट कर सकते हैं, वी आर रेडी टू सपोर्ट देम। और लीगल अवेयरनेस सेल में यहाँ पे जज साहिबा वो भी आके बच्चों को लीगल, कोई भी अगर उनको घर में प्रॉब्लम आ रही है, कोई और तरीके की दिक्कत है, कोई एक्सप्लॉयटेशन हो रहा है, केवल उनके साथ ही नहीं उनके परिवार में भी अगर किसी को हो रहा है, तो वी आर रेडी टू शेयर अवर एक्सपीरियंस विद देम एंड वी आर रेडी टू कोऑपरेट। प्रिंसिपल साहब, सबसे बड़ी बात यह है कि आप एक कड़ी में लड़ी में जैसे प्रो हुए हो, सभी जाने हम देख रहे हैं कि चाहे वो लेक्चरर हैं, चाहे वो आपका क्लरिकल स्टाफ है, चाहे वो पीएंस हैं, आपने हर इंसान को ऐसे रखा हुआ है कि जैसे वो एक लड़ी है ना, जैसे को ना तो आप एज ए प्रिंसिपल ट्रीट करते हैं, आपके दरवाजे खुले हैं, कोई यहाँ ऊपर बैठा नहीं है कि आपको मिलना बड़ा मुश्किल होगा, चाहे पेरेंट्स कोई मिल ले, चाहे कोई स्टूडेंट मिल ले, चाहे कोई टीचर, जब मर्जी आ सकते हैं, और आपका कोई एटीट्यूड आप नहीं दिखाते, और आपने जो बादल साहब ने आपको दिया है आप उसको ऐसे ऐसे बना रहे हैं। जी सर, एग्जैक्टली, इसमें पूरी कोशिश हमारी यही है। और बीइंग प्रिंसिपल, मैं इंस्टेड ऑफ वर्किंग एज प्रिंसिपल, आई वुड लाइक टू मेंटेन माय फिगर एज फादर फिगर ऑफ माय गर्ल्स स्टूडेंट्स। मैं कभी नहीं कहता मेरे दो बच्चे हैं, मैं कहता हूँ कि मेरे 550 बेटियाँ मेरी हैं, और इनको कोई दिक्कत है अगर मैं इनके लिए कुछ अच्छा करता हूँ तो मुझे अच्छा लगता है। मेरी बिल्कुल यही कोशिश है, मेरी नहीं, मेरे स्टाफ की, चाहे वो टीचिंग में हो चाहे नॉन टीचिंग में हो। अगर आपको कॉलेज में हरी हरियाली देखने को मिल रही है तो हमारा फोर्थ क्लास, हमारा माली बहुत अच्छा काम कर रहा है, मैं ये समझ के चलता हूँ, और डिसिप्लिन अच्छा है, सब कुछ अच्छा है, तो हम वी आर वर्किंग हियर एज टीम। थैंक यू सर। मैं मलजिंदर सिंह, इतने 2010 तो एज ए हेड ऑफ द डिपार्टमेंट इन IT डिपार्टमेंट मैं सेवा निभा रहा। ये कॉलेज BBG इन्हें इनके मिसेज ऑफ XCM सरदार प्रकाश सिंह बादल, उन्होंने ये कॉलेज ओपन किया 2009 के। इस एरिए दियां लड़कियां नूं टैक्निकल एजुकेशन देने वास्ते उन्हां दा इक्को ही मोटिव ये सी कि इस एरिए दियां लड़कियां नूं टैक्निकल एजुकेशन प्रोवाइड करनी आ, ताकि ये लड़कियां भी मेट्रोपोलिटन सिटी तरह गर्ल्स की तरह, यानी कि ये भी लड़कियां अगे आउण। रणजीत सिंह, असिस्टेंट प्रोफेसर GGS कॉलेज दरबार, कंप्यूटर डिपार्टमेंट। मैं इस कॉलेज बारे एक गल कहना चाहवांगी, इत्थों जो ट्रांसपोर्टेशन है बच्चों की वो बहुत वधिया है, साउंडिंग एरिया नीयर बाय 50 किलोमीटर 50 किलोमीटर तक जो कि बच्चे ट्रांसपोर्टेशन यूज़ करते हैं। ये बेस्ट सहूलत है जी इस कॉलेज में दी जाती बच्चों, जो बच्चे कॉलेज तो घर तक, घर तो कॉलेज तक जो कि ईजी वे सौखे तरीके ने इतने आ जा सकते हैं। ये सिस्टम जोड़ा है खास करके लड़कियाँ लड़कियों लिए बहुत वधिया, जो पेरेंट्स चाहते हैं कि साड़ी लड़की सेफ जाए, सेफ आए। ये जरा ट्रांसपोर्टेशन है जरा इस कॉलेज की एक तरह ना हब है, मील पत्थर है जरा जिद कि आप अगे बच्चे जो सेफ घर तक पहुँच सकते। माय नेम इज़ मनमीत कौर, एज अ कोऑर्डिनेटर मैं इतने काम कर रही हूँ। 2014 के मेरी ज्वाइनिंग हुई सी एज अ असिस्टेंट प्रोफेसर। और इस कॉलेज बारे मैं दसना चाहनी हूँ कि इस एरिया का मतलब कि बच्चा जो बच्चों के लिए सिक्योर एजुकेशन इंस्टीट्यूशन देखा जाए तो एक बहुत वधिया अदारा है, जो इतों के नेड़े तेड़े के पिंडा दिया लड़कियां जो उन्होंने पढ़ाई की सहूलत मे बी का मापे किसी कारण सिक्योरिटी कारण या फिर किसी फाइनैशियल प्रॉब्लम कारण नहीं दे सकते, तो कॉलेज बहुत वही एजुकेशन प्रोवाइड करता। प्लस साढ़े प्रिंसिपल सर है डॉक्टर MK कुलश्रेष्ठ सर, जो कि बच्चों को हर मोड से मोटीवेट करते हैं कि किस तरह ना अपने करियर के अगे जा सकते हैं, की ऑपरचुनिटीज़ उन्होंने मिल सकती हैं, करियर गाइडेंस उन्होंने वधिया दिखती जाती हैगी है। बाकी साढ़े वाइस प्रिंसिपल सर है सुखबीर सर, जो टैक्निकल नॉलेज जो बच्चों की हैगी इंप्रूव करने के हर पक्षों हैल्प करते हैं। और बलजिंदर सर है जो कि HOD का HOD के अहदे से है, जो कि बच्चों
ਕਿਸ ਤਰ੍ਹਾਂ ਦੇ ਨਾਲ ਮੋਟੀਵੇਟ ਕਰਨਾ ਹੈ, ਉਹਦੀ ਲਾਈਫ ਵਿੱਚ ਅੱਗੇ ਜਾ ਸਕਦੇ ਹੈ, ਕਿਹੜੀ ਕਿਹੜੀ ਉਹਨਾਂ ਦੇ ਲਈ ਕਰੀਅਰ ਆਪਸ਼ਨਸ ਹੈਗੀਆਂ ਉਹਨਾਂ ਨੂੰ ਦੱਸਦੇ ਹੈਗੇ ਆ, ਅਤੇ ਇਹ ਜਿਹੜਾ ਅਦਾਰਾ ਹੈਗਾ ਬਹੁਤ ਵਧੀਆ ਬੱਚਿਆਂ ਨੂੰ ਇੱਕ ਐਜੂਕੇਸ਼ਨ ਪ੍ਰੋਵਾਈਡ ਕਰ ਰਿਹਾ ਹੈਗਾ, ਜੋ ਕਿ ਮੇ ਬੀ ਉਹ ਕਿਸੇ ਕਾਰਨ ਆਪਦੇ ਘਰਾਂ 'ਚ ਜੋ ਬੱਚੇ ਬੈਠ ਜਾਂਦੇ ਆ ਪਲੱਸ ਟੂ ਕਰਨ ਤੋਂ ਬਾਅਦ ਕਿ ਪੜ੍ਹ ਨਹੀਂ ਸਕਦੇ, ਤਾਂ ਇੱਥੋਂ ਦਾ ਜੋ ਸਟਾਫ ਹੈ ਉਹ ਹਰ ਇੱਕ ਫੈਸਿਲਿਟੀ ਬੱਚੇ ਨੂੰ ਪ੍ਰੋਵਾਈਡ ਕਰਦਾ ਹੈਗਾ, ਕਰਨ ਦੀ ਕੋਸ਼ਿਸ਼ ਕਰਦੇ ਆ ਬੈਸਟ ਐਜੂਕੇਸ਼ਨ ਉਹਨਾਂ ਨੂੰ ਦਿੱਤੀ ਜਾਵੇ, ਤਾਂ ਜੋ ਆਪਦੇ ਫਿਊਚਰ ਦੇ ਵਿੱਚ ਅੱਗੇ ਜਾ ਕੇ ਸਕਸੈਸਫੁਲ ਹੋ ਸਕਣ।